ਸ੍ਰੀ ਅਧਿਆਪਕਾਂ ਨੇ ਸਿੱਖਿਆ ਮੰਤਰੀ ਖਿਲਾਫ ਮੋਰਚਾ ਖੋਲ ਦਿੱਤਾ ਹੈ। ਚੰਡੀਗੜ੍ਹ ਦੇ ਵਿੱਚ ਹਰਜੋਤ ਬੈਂਸ ਦੀ ਸਰਕਾਰੀ ਰਿਹਾਇਸ਼ ਅੱਗੇ ਧਰਨਾ ਲਾਇਆ ਗਿਆ। ਏਜੀਟੀ ਅਧਿਆਪਕਾਂ ਨੇ ਸਰਕਾਰ ਤੇ ਧੱਕੇਸ਼ਾਹੀ ਦੇ ਇਲਜ਼ਾਮ ਵੀ ਲਗਾਏ ਨੇ ਤੇ ਨਾਲ ਕਿਹਾ ਕਿ ਪੱਕੀ 5 ਸਾਲ ਦੀ ਨੌਕਰੀ ਖਤਮ ਕਰਕੇ ਮੁੜ ਤੋਂ ਨਵੇਂ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਨੇ ਤਾਂ ਜਬਰੀ ਨਵਾਂ ਤਨਖਾਹ ਸਕੇਲ ਲਾਗੂ ਕਰਨ ਦੇ ਵੀ ਇਲਜ਼ਾਮ ਲਗਾਏ ਗਏ ਨੇ ਤੇ ਅਧਿਆਪਕਾਂ ਨੇ ਸਰਕਾਰ ਨੂੰ ਚੇਤਾਵਨੀ ਵੀ ਦੇ ਦਿੱਤੀ ਹੈ। ਤਾਂ ਉੱਧਰ ਕਿਹਾ ਗਿਆ ਮਸਲਾ ਹੱਲ ਨਾ ਹੋਣ ਤੇ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਅੱਗੇ ਆਤਮਦਾਹ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ ਇਹਨਾਂ ਅਧਿਆਪਕਾਂ ਦੇ ਵੱਲੋਂ। ਤਾਂ ਇਹ ਲਾਈਵ ਤਸਵੀਰਾਂ ਚੰਡੀਗੜ੍ਹ ਤੋਂ ਤੁਸੀਂ ਵੇਖ ਪਾ ਰਹੇ ਹੋ ਜਿੱਥੇ ਅਧਿਆਪਕਾਂ ਦਾ ਇਹਨਾਂ ਪ੍ਰਦਰਸ਼ਨ ਕਾਰਨ ਸਿੱਖਿਆ ਮੰਤਰੀ ਖਿਲਾਫ ਰੋਸ ਮੁਜ਼ਾਹਰਾ ਵੇਖਣ ਨੂੰ ਮਿਲਿਆ ਤੇ ਜਿੱਥੇ ਪੁਲਿਸ ਦੇ ਵੱਲੋਂ ਧੱਕਾ ਮੁੱਕੀ ਕਰਕੇ ਸ਼ਾਂਤ ਕਰਾਉਣ ਦੀ ਇਹਨਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਤੇ ਪੁਲਿਸ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਨਾਲ ਧੱਕਾ ਮੁੱਕੀ ਕਰਦੇ ਨਜ਼ਰ ਆ ਰਹੇ ਨੇ ਇਹ ਪ੍ਰਦਰਸ਼ਨ ਕਰ ਲਾਈਵ ਤਾਂ ਇਸ ਖਬਰ ਦੇ ਵਿੱਚ ਸਾਡੇ ਸਹਿਯੋਗੀ ਰਵਿੰਦਰ ਮੀਰ ਸਾਡੇ ਨਾਲ ਜੁੜ ਚੁੱਕੇ ਨੇ। ਜੀ ਰਵਿੰਦਰ ਜੀ, ਕੀ ਕੁਝ ਅਪਡੇਟ ਹੈ, ਕੀ ਕੁਝ ਇਹਨਾਂ ਦੀ ਮੰਗਾਂ ਨੇ? ਬਿਲਕੁਲ, 180 ਟੀਚਰ ਜਿਹੜੀ ਯੂਨੀਅਨ ਹੈ, ETT ਟੀਚਰ ਯੂਨੀਅਨ, ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ। ਤਾਂ ਇਹ ਤਸਵੀਰਾਂ ਦੇਖੋ, ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਘਰ ਦੇ ਬਾਹਰ ਅੱਜ ਧਰਨਾ ਪ੍ਰਦਰਸ਼ਨ ਕਰਨ ਪਹੁੰਚੇ ਸੀਗੇ ਤਮਾਮ ਜਿਹੜੇ ਇਹ 180 ਟੀਚਰ ਯੂਨੀਅਨ ਜਿਹੜੀ ਹੈਗੀ ਆ ETT ਟੀਚਰ, ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ। ਤੁਸੀਂ ਤਸਵੀਰਾਂ ਦੇਖੋ, ਇਹ ਤਸਵੀਰਾਂ ਨੇ ਚੰਡੀਗੜ੍ਹ ਪੁਲਿਸ ਤੇ ਨਾਲ ਨਾਲ ਤਮਾਮ ਜਿਹੜੇ ਮੁਲਾਜ਼ਮ ਹੈਗੇ ਨੇ ਉਹਨਾਂ ਨੂੰ, ਉਹਨਾਂ ਵੱਲੋਂ ਇਹ ETT ਟੀਚਰਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ। ਤਾਂ ਇਹ ਤਸਵੀਰਾਂ ਅੱਜ ਸਵੇਰ ਤੋਂ ਹੀ ਲਗਾਤਾਰ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਸੀ। ਤਾਂ ਜੀ ਰਵਿੰਦਰ ਜੀ, ਜੀ ਇਹ ਕਾਫੀਆਂ ਤਸਵੀਰਾਂ ਇੱਦਾਂ ਦੇ ਵੇਖਣ ਨੂੰ ਮਿਲੀਆਂ ਨੇ। ਇਨਸਾਫ ਲੈਣ ਆਏ ਸੀ, ਇਹਨਾਂ ਨੇ ਸਾਡੀਆਂ ਅੱਖਾਂ 'ਚ ਪੈਟਰੋਲ ਪਾਇਆ, ਸਾਡੇ ਮੋਬਾਈਲ ਚੋਰੀ ਕੀਤੇ ਆ, ਸਾਡੀਆਂ ਚੁੰਡੀਆਂ ਲਾਹੀਆਂ ਗਈਆਂ, ਸਾਡੇ ਨਾਲ ਦੇ ਭਾਈਆਂ ਦੀਆਂ ਪੱਗਾਂ ਲਾਹੀਆਂ ਗਈਆਂ। ਪੈਟਰੋਲ ਕਿਵੇਂ, ਅੱਖਾਂ 'ਚ ਪੈਟਰੋਲ ਸਰ ਇਹਨਾਂ ਕੋਲ ਹੈਗਾ ਸੀ, ਉਹ ਦੇਖੋ ਸਰ ਸਾਡਾ ਖਾਲਸਾ। ਤਾਂ ਇਹ ਦੇਖੋ, ਇਹ ਜਿਹੜੇ ਇਹ ਮੁਲਾਜ਼ਮ ਨੇ ਜਿਹੜੇ ਕਿ 180 ਟੀਚਰ ਯੂਨੀਅਨ ਦੇ ਜਿਹੜੇ ਤਮਾਮ ਆਗੂ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ। ਤਾਂ ਪੱਗਾਂ ਜਿਹੜੀਆਂ ਹੈਗੀਆਂ ਉਹ ਲਾਈਆਂ ਗਈਆਂ ਨੇ, ਇਹ ਤਸਵੀਰਾਂ ਤੁਸੀਂ ਦੇਖ ਲਓ। ਜੀ ਜੀ ਰਵਿੰਦਰ ਜੀ, ਵੇਖਿਆ ਜਾ ਰਿਹਾ ਕਾਫੀਆਂ ਤਸਵੀਰਾਂ ਇਦਾਂ ਦੇ ਵੇਖਣ, ਜੋ ਜਦੋਂ ਵੀ ਮੁਲਾਜ਼ਮਾਂ ਦੇ ਵੱਲੋਂ ਆਪਣੇ ਹੱਕ ਦੀ ਗੱਲ ਕੀਤੀ ਜਾਂਦੀ ਹੈ ਤਾਂ ਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲਾਠੀਆਂ ਹੀ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ। ਬਿਲਕੁਲ, ਜ਼ਾਹਿਰ ਤੌਰ ਤੇ ਜਿਹੜੀ ਜਦੋਂ ਵੀ ਇਹ ਧਰਨਾ ਪ੍ਰਦਰਸ਼ਨ ਦਿੱਤਾ ਜਾਂਦਾ ਤਾਂ ਇਸ ਤਰੀਕੇ ਦੇ ਧਰਨਾ ਪ੍ਰਦਰਸ਼ਨ ਦੇ ਵਿੱਚ ਹਿਰਾਸਤ ਦੇ ਵਿੱਚ ਤਮਾਮ ਜਿਹੜੇ ਟੀਚਰ ਹੈਗੇ ਆ ਉਹਨਾਂ ਨੂੰ ਲਿਆ ਜਾਂਦਾ। ਹਾਲਾਂਕਿ ਇਹਨਾਂ ਟੀਚਰਾਂ ਦੀ ਮੀਟਿੰਗ ਪਹਿਲਾਂ ਵੀ ਹੋ ਚੁੱਕੀ ਆ, ਕਈ ਵਾਰ ਮੀਟਿੰਗ ਹੋਈ ਆ, ਲੇਕਿਨ ਇਹਨਾਂ ਟੀਚਰਾਂ ਦੀ ਜਿਹੜੀ ਮੰਗ ਹੈਗੀ ਆ ਉਹ ਪੂਰੀ ਨਹੀਂ ਕੀਤੀ ਗਈ। ਇਹਨਾਂ ਨੂੰ ਪੱਕੇ ਕਰਨ ਦੀ ਜਿਹੜੀ ਹੈਗੀ ਡਿਮਾਂਡ ਹੈਗੀ ਆ ਇਹਨਾਂ ਵੱਲੋਂ ਕੀਤੀ ਜਾ ਰਹੀ ਆ। ਹਾਲਾਂਕਿ 8 ਸਾਲਾਂ ਤੋਂ 2016 ਦੇ ਵਿੱਚ ਇਹਨਾਂ ਦੀ ਭਰਤੀ ਕੀਤੀ ਗਈ ਸੀ, ਲੇਕਿਨ ਹਾਲੇ ਤੱਕ ਇਹਨਾਂ ਦਾ ਪ੍ਰੋਬੇਸ਼ਨ ਪੀਰੀਅਡ ਹੀ ਚੱਲ ਰਿਹਾ। ਹਾਲਾਂਕਿ ਕਈ ਵਾਰ ਇਹਨਾਂ ਨੂੰ ਇਹ ਵੀ ਆਸ਼ਵਾਸਨ ਦਿੱਤਾ ਗਿਆ ਸੀਗਾ, ਭਰੋਸਾ ਦਿੱਤਾ ਗਿਆ ਸੀ ਕਿ ਤੁਹਾਨੂੰ ਪੱਕਾ ਕਰ ਦਿੱਤਾ ਜਾਏਗਾ, ਮੰਤਰੀ ਹਰਜੋਤ ਬੈਂਸ ਉਹਨਾਂ ਵੱਲੋਂ ਇਹ ਭਰੋਸਾ ਦਿੱਤਾ ਗਿਆ, ਲੇਕਿਨ ਇਹਨਾਂ ਨੂੰ ਹਾਲੇ ਤੱਕ ਪੱਕਾ ਨਹੀਂ ਕੀਤਾ ਗਿਆ। ਇਸੇ ਮੰਗ ਨੂੰ ਲੈ ਕੇ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ। ਹਾਲਾਂਕਿ ਇਹਨਾਂ ਨੂੰ ਦੁਬਾਰਾ ਨਿਯੁਕਤੀ ਪੱਤਰ ਦੇਣ ਦੀ ਗੱਲਬਾਤ ਵੀ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਦੁਬਾਰਾ ਨਿਯੁਕਤੀ ਪੱਤਰ ਦਿੱਤਾ ਜਾਵੇ, ਯਾਨੀ ਕਿ ਦੁਬਾਰਾ ਨਿਯੁਕਤੀ ਪੱਤਰ ਦਿੱਤਾ ਗਿਆ ਤਾਂ ਇੱਕ ਵਾਰ ਫਿਰ ਤੋਂ ਪ੍ਰੋਬੇਸ਼ਨ ਪੀਰੀਅਡ ਉਹ ਸ਼ੁਰੂ ਹੋ ਜਾਏਗਾ। ਜਿਹੜੇ ਮੌਜੂਦਾ ਖਜ਼ਾਨਾ ਮੰਤਰੀ ਨੇ ਹਰਪਾਲ ਚੀਮਾ, ਉਹਨਾਂ ਨੇ ਇਹਨਾਂ ਨਾਲ ਪਹਿਲਾਂ ਬਹੁਤ ਵਾਰ ਮੁਲਾਕਾਤ ਕੀਤੀ ਹੈ। ਜਦੋਂ ਸਰਕਾਰ ਉਹ
ਜੀ ਤਾਂ ਇਹ ਗੰਭੀਰ ਮਸਲਾ ਵੇਖਣ ਨੂੰ ਮਿਲ ਰਿਹਾ ਹੈ। ਬਿਲਕੁਲ, ਦੇਖੋ ਇਹ ਇਲਜ਼ਾਮ ਜੋ ਮਹਿਲਾ ਟੀਚਰ ਹੈਗੀ ਉਹਨਾਂ ਵੱਲੋਂ ਲਗਾਏ ਗਏ ਕਿ ਉਹਨਾਂ ਦੇ ਅੱਖਾਂ ਦੇ ਵਿੱਚ ਪੈਟਰੋਲ ਪਾਇਆ ਗਿਆ, ਉਹਨਾਂ ਦੀਆਂ ਚੁੰਨੀਆਂ ਲਾਈਆਂ ਗਈਆਂ। ਹਾਲਾਂਕਿ ਅਸੀਂ ਸਾਹਮਣੇ ਤਸਵੀਰਾਂ ਵੀ ਦੇਖੀਆਂ ਕਿ ਕਿਸ ਤਰੀਕੇ ਜਿਹੜੇ ਟੀਚਰ ਹੈਗੇ ਨੇ ਉਹਨਾਂ ਦੀਆਂ ਪੱਗਾਂ ਤੱਕ ਲਾਈਆਂ ਗਈਆਂ, ਤਾਂ ਉਹ ਵੀ ਤਸਵੀਰ ਇੱਕ ਨਿਕਲ ਕੇ ਸਾਹਮਣੇ ਆਈ ਹੈ। ਤਾਂ ਹੁਣ ਇਹ ਤਸਵੀਰ ਜਿਹੜੀ ਸਾਹਮਣੇ ਆ ਰਹੀ ਹੈ ਇਹ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਇਹਨਾਂ 180 ETT ਟੀਚਰਾਂ ਨੂੰ। ਇਹਨਾਂ ਦੀ ਮੰਗ ਦੀ ਗੱਲਬਾਤ ਅਗਰ ਕਰੀਏ ਤਾਂ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣੀ ਸੀ ਤਾਂ ਜੋ ਮੌਜੂਦਾ ਖਜ਼ਾਨਾ ਮੰਤਰੀ ਨੇ ਹਰਪਾਲ ਸਿੰਘ ਚੀਮਾ, ਉਦੋਂ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਬਣੇ ਜਾਂਦੇ ਸੀ, ਤਾਂ ਉਹ ਜਾ ਕੇ ਇਹਨਾਂ ਦੀ ਮੰਗ ਨੂੰ ਜਾਇਜ਼ ਠਹਿਰਾਉਂਦੇ ਸੀ। ਇਹ ਕਿਹਾ ਜਾਂਦਾ ਸੀ ਕਿ ਅਗਰ ਸਾਡੀ ਸਰਕਾਰ ਬਣੀ ਤਾਂ ਤੁਹਾਡੀ ਮੰਗ ਪੂਰੀ ਕੀਤੀ ਜਾਏਗੀ, ਅਸੀਂ ਤੁਹਾਨੂੰ ਪੱਕਿਆਂ ਕਰਾਂਗੇ। ਲੇਕਿਨ ਹੁਣ ਸਰਕਾਰ ਬਣ ਗਈ ਆ ਤਾਂ ਮਸਲਾ ਜਿਉਂ ਦੀ ਤਿਉਂ ਹੀ ਆ, ਤਾਂ ਮੰਗਾਂ ਦੇ ਲਈ ਹਲੇ ਵੀ ਇਹ ਸੰਘਰਸ਼ ਲੜ ਰਹੇ ਨੇ। ਜੀ 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 ਰਵਿੰਦਰ ਜੀ, ਇੱਥੇ ਸਵਾਲ ਇਹ ਵੀ ਖੜਾ ਹੋ ਰਿਹਾ ਹੈ ਤਾਂ ਇਹ ਮੰਗ ਜਿਹੜੀ ਜੀ ਇੱਥੇ ਸਵਾਲ ਇਹ ਵੀ ਖੜਾ ਹੋ ਰਿਹਾ, ਆਪ ਦੀ ਸਰਕਾਰ ਜਿਹੜੀ ਸਿੱਖਿਆ ਦੇ ਖੇਤਰ ਦੇ ਵਿੱਚ ਹਮੇਸ਼ਾ ਹੀ ਕਹਿਣ ਦੇ ਦਾਅਵੇ ਕਰਦੇ ਆਈਏ, ਤੇ ਆ ਸਿੱਖਿਆ ਦੇ ਖੇਤਰ ਅਧਿਆਪਕਾਂ ਨੂੰ ਹੀ ਜੋ ਆਪਣੇ ਹੱਕ ਦੀ ਗੱਲ ਕਰਨ ਆਏ ਤੇ ਉਹਨਾਂ ਦੇ ਨਾਲ ਹੀ ਧੱਕਾ ਕਰ ਰਹੀ ਹੈ, ਤੇ ਆਪ ਸਰਕਾਰ ਤੇ ਵੀ ਬਹੁਤ ਵੱਡੇ ਸਵਾਲ ਨੇ। ਬਿਲਕੁਲ, ਦੇਖੋ ਆਮ ਆਦਮੀ ਪਾਰਟੀ ਵੱਲੋਂ ਦੋ ਜਿਹੜੇ ਮੁੱਖ ਪਹਿਲੂ ਹੈਗੇ ਜਿਨ੍ਹਾਂ 'ਤੇ ਕੰਮ ਕਰਨ ਦੀ ਗੱਲਬਾਤ ਹਮੇਸ਼ਾ ਤੋਂ ਕਹੀ ਜਾਂਦੀ ਆ, ਉਹ ਇੱਕ ਸਿੱਖਿਆ ਦਾ ਖੇਤਰ ਅਤੇ ਦੂਸਰਾ ਹੈਲਥ ਸੈਕਟਰ। ਤਾਂ ਇਹਦੇ ਵਿੱਚ ਲਗਾਤਾਰ ਕਿਹਾ ਜਾਂਦਾ ਕਿ ਅਸੀਂ ਕੰਮ ਕਰਾਂਗੇ, ਤਾਂ ਜਿਹੜੇ ਟੀਚਰ ਹੈਗੇ ਆ ਇਹਨਾਂ ਨੂੰ ਭਰੋਸੇ ਵੀ ਬਹੁਤ ਵਾਰ ਦਿੱਤੇ ਗਏ ਕਿ ਤੁਹਾਨੂੰ ਸੰਘਰਸ਼ ਨਹੀਂ ਲੜਨਾ ਪਏਗਾ, ਤੁਸੀਂ ਸਾਡੀ ਸਰਕਾਰ ਬਣਾਓ, ਉਸ ਤੋਂ ਬਾਅਦ ਅਸੀਂ ਤੁਹਾਡੀਆਂ ਮੰਗਾਂ ਜਿਹੜੀਆਂ ਪੂਰੀਆਂ ਕਰਾਂਗੇ। ਤਾਂ ਇਹਨਾਂ ਦੀਆਂ ਮੰਗਾਂ ਨੂੰ ਵੀ ਜਾਇਜ਼ ਮੰਗਾਂ ਦੱਸਿਆ ਜਾਂਦਾ ਸੀਗਾ। ਤਾਂ ਸਿੱਖਿਆ ਦੇ ਖੇਤਰ ਦੇ ਵਿੱਚ ਨਵੀਂ ਕ੍ਰਾਂਤੀ ਲਿਆਉਣ ਦੀ ਗੱਲਬਾਤ ਆਮ ਆਦਮੀ ਪਾਰਟੀ ਦੀ ਸਰਕਾਰ ਕਰਦੀ ਹੈ, ਲੇਕਿਨ ਜਦੋਂ ਟੀਚਰ ਆ ਕੇ ਗੱਲਬਾਤ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨਾਲ ਗੱਲਬਾਤ ਤੱਕ ਨਹੀਂ ਕੀਤੀ ਜਾਂਦੀ। ਤਾਂ ਇਹ ਕਿਸ ਤਰੀਕੇ ਦੀ ਸਿੱਖਿਆ ਨੀਤੀ ਆ ਜਾਂ ਕਿਸ ਤਰੀਕੇ ਦਾ ਕੰਮ ਹੈਗਾ, ਇਹ ਵੀ ਇੱਕ ਵੱਡਾ ਸਵਾਲ ਲਗਾਤਾਰ ਉੱਠਦਾ ਹੋਇਆ ਨਜ਼ਰ ਆ ਰਿਹਾ। ਹਾਲਾਂਕਿ ਅਸੀਂ ਗੱਲਬਾਤ ਕਰ ਰਹੇ ਸੀ ਤਾਂ ਉਹਨਾਂ ਟੀਚਰਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਸਾਨੂੰ ਅੰਦਰ ਲਿਜਾਇਆ ਗਿਆ ਮੀਟਿੰਗ ਦੇ ਲਈ, ਇੱਕ ਘੰਟਾ ਅਸੀਂ ਅੰਦਰ ਬੈਠੇ ਰਹੇ, ਦੋ ਟੀਚਰਾਂ ਨੂੰ ਅੰਦਰ ਲਿਜਾਇਆ ਗਿਆ, ਲੇਕਿਨ ਹਰਜੋਤ ਬੈਂਸ ਸਿੱਖਿਆ ਮੰਤਰੀ ਉਹਨਾਂ ਨੇ ਮੁਲਾਕਾਤ ਨਹੀਂ ਕੀਤੀ। ਤਾਂ ਅਸੀਂ ਥੱਕ ਹਾਰ ਕੇ ਅੰਦਰੋਂ ਬਾਹਰ ਆ ਗਏ ਅਤੇ ਬਾਹਰ ਆ ਕੇ ਧਰਨਾ ਪ੍ਰਦਰਸ਼ਨ ਕਰਨ ਲੱਗ ਗਏ। ਹਾਲਾਂਕਿ ਵਾਰ ਵਾਰ ਉਹਨਾਂ ਨੂੰ ਚੰਡੀਗੜ੍ਹ ਬੁਲਾਇਆ ਜਾਂਦਾ, ਕੋਈ ਮੁਕਤਸਰ ਤੋਂ ਆਉਂਦਾ, ਕੋਈ ਬਠਿੰਡੇ ਤੋਂ, ਕੋਈ ਫਾਜ਼ਿਲਕਾ, ਕੋਈ ਫਰੀਦਕੋਟ ਅਤੇ ਕੋਈ ਹੁਸ਼ਿਆਰਪੁਰ, ਕੋਈ ਪਠਾਨਕੋਟ, ਅਲੱਗ ਅਲੱਗ ਜ਼ਿਲ੍ਹਿਆਂ ਦੇ ਵਿੱਚੋਂ ਇਹ ਟੀਚਰ ਆਉਂਦੇ ਨੇ। ਵਾਰ ਵਾਰ ਇਹਨਾਂ ਨੂੰ ਮੁਲਾਕਾਤ ਲਈ ਬੁਲਾ ਲਿਆ ਜਾਂਦਾ, ਲੇਕਿਨ ਮੁਲਾਕਾਤ ਨਹੀਂ ਕੀਤੀ ਜਾਂਦੀ। ਤਾਂ ਇਹ ਸਵਾਲ ਲਗਾਤਾਰ ਉੱਠਦੇ ਹੋਏ ਨਜ਼ਰ ਆ ਰਿਹਾ ਕਿ ਇਹ ਕਿਹੋ ਜਿਹੀ ਕ੍ਰਾਂਤੀ, ਇਹ ਕਿਹੋ ਜਿਹਾ ਸਿੱਖਿਆ ਮਾਡਲ ਜਿਹਦੇ ਵਿੱਚ ਟੀਚਰ ਪੜ੍ਹਾ ਕੇ ਬੱਚਿਆਂ ਨੂੰ ਸਿਕਸ਼ਿਤ ਕਰਨ, ਲੇਕਿਨ ਉਹਨਾਂ ਨੂੰ ਜਿਹੜਾ ਹੈਗਾ ਲਗਾਤਾਰ ਡਾਂਗਾ ਸੋਟੇ ਜਿਹੜੇ ਹੈਗੇ ਉਹ ਖਾਣੇ ਪੈਂਦੇ ਨੇ, ਉਹਨਾਂ ਦੀਆਂ ਪੱਗਾਂ ਲਾਈਆਂ ਜਾਂਦੀਆਂ, ਮਹਿਲਾ ਟੀਚਰਾਂ ਦੀਆਂ ਚੁੰਨੀਆਂ ਲਾਈਆਂ ਜਾਂਦੀਆਂ, ਇਹ ਗੱਲਬਾਤ ਲਗਾਤਾਰ ਇਹਨਾਂ ਟੀਚਰਾਂ ਵੱਲੋਂ ਲਗਾਤਾਰ ਸਵਾਲ ਚੱਕੇ ਜਾ ਰਹੇ ਨੇ। ਤਾਂ ਹਾਲ ਫਿਲਹਾਲ ਦੀ ਇਹ ਤਸਵੀਰ ਅਸੀਂ ਲਗਾਤਾਰ ਦਿਖਾ ਵੀ ਰਹੇ ਸੀਗੇ ਕਿ ਕਿਸ ਤਰੀਕੇ ਨਾਲ ਇੱਥੇ ਵੱਡੀ ਗਿਣਤੀ ਦੇ ਵਿੱਚ ਫੋਰਸ ਬੁਲਾਈ ਗਈ ਅਤੇ ਫੋਰਸ ਬੁਲਾ ਕੇ ਇਹਨਾਂ 180 ETT ਟੀਚਰਾਂ ਨੂੰ ਜਿਹੜਾ ਹੈਗਾ। ਜੀ 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 ਰਵਿੰਦਰ ਜੀ, ਤੁਸੀਂ ਬਣੇ ਰਹੋ ਪਲ ਪਲ ਦੀ ਅਪਡੇਟ ਇਸ ਖਬਰ ਬਾਬਤ ਲੈਂਦੇ ਰਹਾਂਗੇ। ਤਾਂ ਇਹ ਤਸਵੀਰਾਂ ਚੰਡੀਗੜ੍ਹ ਤੋਂ ਲਾਈਵ ਤੁਸੀਂ ਵੇਖ ਪਾ ਰਹੇ ਹੋ, ਜਿੱਥੇ ਸਿੱਖਿਆ ਦੇ ਵਿੱਚ, ਸਿੱਖਿਆ ਖੇਤਰ ਦੇ ਵਿੱਚ ਲਗਾਤਾਰ ਆਪ ਦੀ ਸਰਕਾਰ ਦਾਅਵੇ ਕਰਦੇ ਨਜ਼ਰ ਆਉਂਦੇ, ਤਾਂ ਉਹ ਇਹ ਹੁਣ ਪ੍ਰਦਰਸ਼ਨਕਾਰੀਆਂ ਦੇ ਦਾਅਵਿਆਂ ਤੋਂ ਇਹ ਖੋਖਲੇ ਨਜ਼ਰ ਆ ਰਹੇ ਨੇ। ਤਾਂ 5 ਸਾਲ ਦੀ ਨੌਕਰੀ ਖਤਮ ਕਰਕੇ ਜੋ ਕਿ ਇਲਜ਼ਾਮ ਲਗਾਏ ਜਾ ਰਹੇ ਨੇ। ਫਿਲਹਾਲ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ, ਮੈਨੂੰ ਦਿਓ ਇਜਾਜ਼ਤ, ਤੁਸੀਂ ਬਣ ਰਹੋ PTC ਨਿਊਜ਼ ਦੇ ਨਾਲ।